ਲਓ ਬਈ, ਆਖਰੀ ਪਾਰਟ ਅਰਦਾਸ ਫਿਲਮ ਦਾ ਤੇ ਆਪਾਂ ਲੱਗੇ ਆ ਵੇਖਣ, ਤੇ ਟਵਿਸਟ 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 ਇਹਦੇ ਵਿੱਚ। ਟਵਿਸਟ ਚਲੋ, ਵੱਡਾ ਟਵਿਸਟ ਹੈ, ਮਤਲਬ ਇਹ ਕਿ ਜਿਹੜਾ, ਚਲੋ ਦੱਸਣਾ ਕੀ ਹੈ, ਵੇਖੋ ਦੱਸਣਾ ਕੀ। ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ, ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ। ਰੌਣਕ ਸਿੰਘ ਨਾਂ ਹੈ ਮੇਰਾ, ਇਹ ਦੋਤੀ ਹੈ ਮੇਰੀ ਜੋਤੀ, ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ। ਅੱਛਾ ਜੀ, ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ। ਹਾਂ, ਆਪਣੇ ਬਾਗ ਦਾ ਫੁੱਲ ਹੈ, ਪਰ ਇਹਦੀ ਮਾਲਣ ਮੇਰੀ ਧੀ ਕੈਂਸਰ ਦੇ ਰੋਗ ਨੇ ਖਾ ਲਈ। ਇਹਦੇ ਦਾਦਕੇ ਛੋਟੀ ਜੀ ਸੀ ਬੇਚਾਰੀ ਜਦੋਂ ਮੇਰੇ ਕੋਲ ਛੱਡ ਗਏ, ਹੁਣ ਨਾਨਕਿਆਂ ਨੇ ਤਾਂ ਆਪਣੀਆਂ ਧੀਆਂ ਦੇ ਫਰਜ਼ ਨਿਭਾਉਣੇ ਹੀ ਨੇ। ਸਾਡੂ ਦੀ ਫੀਸ ਨੀ ਮਾਫ ਕੀਤੀ ਜਾ ਸਕਦੀ। ਉਹ ਮੈਂ ਹੋਵਾਂਗਾ ਉਹ ਸੋਹੀ ਸਾਹਿਬ, ਉਹ ਸ਼ਹੀਦ ਨੇ ਬਰਾਤ ਨੂੰ ਤੁਰ ਲੋ ਕਿਤੋਂ ਜਾਂਦਿਆਂ ਨੂੰ ਪਤਾਉਣ ਨਾ ਖਤਮ ਹੋ ਜਾਣਾ। ਉਹ ਤੁਸੀਂ ਇੱਥੇ ਕਿਹੜੇ ਜਾਬਾਂ ਦਾ ਭਿੜ ਕਰੀ ਜਾਓਗੇ, ਉਹ ਤੁਹਾਡੇ ਵੀਰੇ ਦਾ ਵਿਆਹ ਹੈ, ਗੋਡੇ ਦੁਖਦੇ ਤੁਹਾਡੇ ਲੱਗਣੇ ਚ ਟੱਪੋ। ਉਹ ਲਓ ਫਿਰ ਜਿਹੜੀ ਕਹਿੰਦਾ ਲੰਕਾਰੇ ਤੋਂ ਡਰਦੀ ਹੁੰਦੀ ਆ ਤੂੰ ਕਚਮੀਲੇ ਵਾਲੀ ਚਮਕੀਲਾ ਹੁੰਦਾ।
ਸ਼ਮਸ਼ੇਰ ਦੋਵੇਂ ਕਰਤੀ ਰਾਣੀ ਦੇ ਨੇ, ਜਦੋਂ ਇਹਦਾ ਚਿੱਤ ਕਰੂ ਗੇੜਾ ਮਾਰ ਜਾ ਕਰੂ। ਚਲੋ ਜੀ ਲਓ ਵਾਹਿਗੁਰੂ ਦਾ ਨਾਮ ਤੇ ਇਜਾਜ਼ਤ ਲਈਏ ਹੁਣ। ਮਾਸਟਰ ਜੀ ਏਦਾਂ ਨੀ, ਇਹ ਆ ਲਓ ਆ ਭਰੋ ਮੁੱਠ। ਨਹੀਂ 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 ਸੋਹੀ ਸਾਹਿਬ, ਅੱਜ ਦਾ ਦਿਨ ਸਿਰਫ ਤੁਹਾਡਾ ਹੱਕ ਬਣਦਾ ਜੀ। ਨਾ 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 ਨਾ, ਜ਼ਿੰਦਗੀ ਦੇਣ ਵਾਲੇ ਨਾਲੋਂ ਨਾ ਜ਼ਿੰਦਗੀ ਪੜਾਉਣ ਵਾਲੇ ਦਾ ਹੱਕ ਪਹਿਲਾਂ। ਚਲੋ ਜੋ ਹੁਕਮ ਜੀ। ਇਰਾਦਾ ਤਾਂਬੇ ਦਾ ਨਹੀਂ ਹੋਣ ਦਿੱਤਾ, ਬਾਬੇ ਨਾਨਕ ਦੀ ਬਾਣੀ ਤੇ ਅਰਦਾਸ ਗ੍ਰੇਟ ਹੈ ਸਰ। ਸੁਖੀ ਕਿਉਂ ਮੇਰਾ ਬੱਚਾ, ਬੱਚੇ ਕਿੱਥੇ ਸੀ ਤੂੰ? ਮਾਸੀ, ਮਾਸੀ ਜੀ, ਮੈਂ ਉੱਥੋਂ ਮੁੜ ਕੇ ਆਇਆ ਜਿੱਥੇ ਮੌਤ ਵੀ ਹੈਰਾਨ ਨੂੰ ਵੀ ਇਹਨੂੰ ਕੱਟ ਕੇ ਕੌਣ ਲੈ ਗਿਆ। ਹਾਰ ਗਿਆ ਸੀ ਮੈਂ ਤਾਂ, ਪਰ ਤੁਹਾਡੀਆਂ ਸਭ ਦੀਆਂ ਅਰਦਾਸਾਂ ਜਿੱਤ ਗਈਆਂ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਹੁਣ ਖੁਸ਼ ਹੈ ਮੇਰੀ ਭੈਣ? ਹਾਂਜੀ ਵੀਰ। ਵਾਹ ਓਏ ਦਾਤਿਆ, ਅਸੀਂ ਤੁਹਾਨੂੰ ਲੈਣ ਆਏ ਸੀ, ਦਾਤੇ ਨੇ ਜਵਾਈ ਵੀ ਮੋੜਤਾ। ਲਓ ਹੁਣ ਦੇਖਦਾ ਕੌਣ ਨਹੀਂ ਨੱਚਦਾ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ। ਪੈਰੀ ਪੈਨਾ ਜੀ, ਭੁੱਲ ਹੀ ਗਿਆ ਗੁਰਮੁਖਾ, ਕਦ ਆਏਗਾ? ਭੁੱਲਿਆ ਕਿੱਥੇ ਜਾਂਦਾ ਬੀਜੀ, ਭੁੱਲੇ ਤਾਂ ਅਜੇ ਉਹ ਨਹੀਂ ਜਿਹੜੇ ਸਦਾ ਲਈ ਛੱਡ ਕੇ ਤੁਰ ਗਏ। ਮਾਫ ਕਰ ਦੇ ਪੁੱਤ ਮਾਂ ਨੂੰ, ਮਾਵਾਂ ਵੀ ਤਾਂ ਮਾਫ ਕਰਦੀਆਂ ਆਈਆਂ ਨੇ ਇੰਨੀ ਨਰਾਜ਼ਗੀ ਪੁੱਤ। ਬੀਬੀ ਜੀ, ਮੈਂ ਇੱਕ ਨਵੇਂ ਸਕੂਲ 'ਚ ਜੁਆਇਨ ਕਰਨਾ, ਜੁਆਇਨ ਕਰਕੇ ਫਿਰ ਦੇਖਦਾ। ਤੇਰੀਆਂ ਭਤੀਜੀਆਂ ਯਾਦ ਕਰਦੀਆਂ ਨੇ ਪੁੱਤ, ਇਹ ਸਾਰੇ ਸਾਡੇ ਕੋਲ ਹੀ ਨੇ, ਮੈਂ ਲੈ ਕੇ ਆਈ ਹਾਂ। ਅੱਛਾ ਜੀ, ਠੀਕ ਹੈ ਵੀ ਜੀ, ਚਲੋ ਲਾਓ ਪਰੌਂਠੇ ਫਿਰ, ਪਹਿਲਾਂ ਆ ਕੇ ਤੁਹਾਨੂੰ ਹੀ ਜੁਆਇਨ ਕਰਦਾ। ਕਰਨੀ ਹੈ ਅਰਦਾਸ ਪਿਆਰਿਓ, ਕਿਸਮਤ ਆਪਣੀ ਆਪ ਸ਼ਿੰਗਾਰਿਓ, ਸੁੱਖ ਮੰਗੀਏ ਨਗਰ ਖੇੜੇ ਦੀ, ਦੁਖੀ ਨੂੰ ਦਈਏ ਸੁੱਖ, ਪਾਣੀ ਬਚਾਈਏ ਵਾਂਗ ਪੱਤ ਦੇ, ਪੁੱਤਾਂ ਵਾਂਗੂ ਰੁੱਖ, ਬਾਬੇ ਨਾਨਕ ਦੀ ਬਾਣੀ ਦੇ, ਦਿਲ ਤੋਂ ਅਰਥ ਹੰਡਾਈਏ, ਧੀ ਨੂੰ ਮੰਦਾ ਬੋਲੀਏ ਨਾ, ਕਿਰਤ ਕਰ ਵੰਡ ਖਾਈਏ। ਤੁਹਾਡਾ ਪਿਆਰਾ
ਗੁਰਮੁਖ ਸਿੰਘ। ਲੈ ਬਈ ਅਸੀਂ ਹੁਣ ਆਪਾਂ ਸਾਰੇ ਜਣੇ ਮਿਲ ਕੇ ਆ ਮਾਸਟਰ ਜੀ ਦੀ ਲਿਖੀ ਹੋਈ ਅਰਦਾਸ ਦੇ ਨਾਲ ਇੱਕ ਸੈਲਫੀ ਖਿਚਾਈਏ। ਠੀਕ ਹੈ ਜੀ, ਉੱਤੇ ਪਾਵਾਂਗੇ। ਠੀਕ ਹੈ ਠੀਕ ਹੈ, ਫੇਸਬੁੱਕ ਤੇ ਤਾਂ ਪਾਵਾਂਗੇ, ਉੱਤੇ ਤੁਸੀਂ ਕੀ ਲਿਖੇਗਾ? ਲਿਖੂੰਗਾ ਨਹੀਂ, ਲਿਖਾਂਗੇ ਮਿਸ ਯੂ ਮਾਸਟਰ ਜੀ। ਲੇਕਿਨ ਜਿਹੜੇ ਬੰਦੇ ਨੇ ਬਾਹਰ ਨੋਟੀਫਿਕੇਸ਼ਨ ਕਢਾਇਆ ਸੀ ਬੜਾ ਹੀ ਵਧੀਆ ਬੰਦਾ ਸੀ, ਕਿਉਂਕਿ ਮੈਂ ਮੂਵੀ ਅੱਜ ਵੇਖੀ ਤੇ ਮੈਨੂੰ ਪਤਾ ਚੱਲਿਆ ਆਪਣੇ ਪੰਜਾਬ ਚ ਮਈ ਵਿੱਚ ਨੋਟੀਫਿਕੇਸ਼ਨ ਆਇਆ ਸੀ। ਸੀਓ ਸੀ ਮੇਰਾ ਖਿਆਲ ਮੀਆਂਵਾਲੀ ਦਾ ਜਾਂ ਭੱਕਰ ਸਾਈਡ ਦਾ ਸੀ ਕੋਈ, ਉਹਨੇ ਕੱਢਿਆ ਸੀ ਨੋਟੀਫਿਕੇਸ਼ਨ ਕਿ ਬਈ ਅਰਦਾਸ ਮੂਵੀ ਹਰ ਟੀਚਰ ਵੇਖੇ ਗਰਮੀਆਂ ਦੀਆਂ ਛੁੱਟੀਆਂ ਵਿੱਚ। ਯਕੀਨ ਪੱਕਾ ਹੈ ਨਾ, ਤੇ ਤੁਸੀਂ ਇਰਾਦਾ ਤੁਹਾਡਾ ਪੁਖਤਾ ਹੈ, ਤੇ ਤੁਸੀਂ ਹਰ ਚੀਜ਼ ਕਰ ਸਕਦੇ ਹੋ। ਤੇ ਆਪਣੇ ਤੇ ਪੰਜਾਬ ਵਿੱਚ ਵੀ ਮੋਸਟਲੀ ਟੀਚਰ ਐਂਡ ਬੈਕਵਰਡ ਇਲਾਕਿਆਂ ਵਿੱਚ ਪੜ੍ਹਾਉਂਦੇ ਜਾਂਦੇ ਨੇ। ਸਰ ਤੁਸੀਂ ਇੱਕ ਹੋਰ ਵੇਖੋ ਕਿ ਟੀਚਰ ਕੋ ਬੜੀ ਅਪਰਚੁਨਿਟੀ ਹੁੰਦੀ ਹੈ ਕਿ ਉਹ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ। ਬਿਲਕੁਲ, ਆਪਣੇ ਬੱਚਿਆਂ ਦੀ ਜ਼ਿੰਦਗੀ ਜਿਹਨਾਂ ਨੂੰ ਪੜ੍ਹਾ ਰਿਹਾ ਉਹਦੇ ਬੱਚੇ ਹੀ ਹੁੰਦੇ ਨੇ ਨਾ, ਉਹਨਾਂ ਦੀ ਜ਼ਿੰਦਗੀ ਉਹ ਬਦਲ ਸਕਦਾ ਹੈ, ਉਹਦਾ ਜ਼ੇਹਨ ਬਦਲ ਸਕਦਾ ਹੈ, ਉਹਨਾਂ ਨੂੰ ਅੱਛੇ ਕੰਮ ਤੇ ਲਾ ਸਕਦਾ। ਇੱਕ ਚੀਜ਼ ਹੈ, ਇੱਕ ਬੰਦਾ ਜਿਹੜਾ ਖੁਦ ਬਹੁਤ ਵਧੀਆ ਹੈ ਨਾ, ਤੇ ਜਿਹੜਾ ਆਪ ਸਹੀ ਕੰਮ ਕਰ ਰਿਹਾ, ਠੀਕ ਹੈ, ਅਗਰ ਉਹ ਕਿਸੇ ਨੂੰ ਕੁਛ ਟੀਚ ਕਰਦਾ ਉਹਦਾ ਤੇ ਅਸਰ ਹੋਏਗਾ। ਲੇਕਿਨ ਕੁਛ ਬੰਦੇ ਜਿਹੜੇ ਨੇ ਆਪ ਇੰਪਲੀਮੈਂਟ ਕਰਦੇ ਨਹੀਂ ਉਸ ਕੰਮਾਂ ਦੇ ਉੱਤੇ, ਲੇਕਿਨ ਜੇ ਦੂਸਰਿਆਂ ਨੂੰ ਤਬਲੀਗ ਕਰਨ ਲੱਗ ਪੈਣਗੇ ਇੰਜ ਕਰੋ ਇੰਜ ਕਰੋ, ਤੇ ਉਹਦਾ ਉਹ ਅਸਰ ਨਹੀਂ ਹੋਣਾ, ਉਹਦਾ ਅਸਰ ਨਹੀਂ ਹੋਣਾ। ਬੰਦੇ ਨੂੰ ਖੁਦ ਬਾਮਲ ਹੋਣਾ ਚਾਹੀਦਾ, ਬੰਦੇ ਨੂੰ ਬਿਲਕੁਲ ਬਾਮਲ ਹੋਣਾ ਚਾਹੀਦਾ। ਬਾਮਲ ਬੰਦੇ ਦੀ ਗੱਲ ਜਿਹੜੀ ਅਸਰ ਕਰਦੀ ਹੈ। ਅੱਛਾ, ਕਹਿ ਰਹੇ ਕਿ ਅਰਦਾਸ 2 ਵੀ ਆ ਗਈ ਹੈ, ਅਸੀਂ ਇਹੀ ਦੇਖੀ ਹੈ। ਮੈਂ ਤੇ ਆ ਫਿਲਮ ਬਹੁਤ ਸੋਹਣੀ ਫਿਲਮ ਹੈ, ਤੁਸੀਂ ਆਪਣੇ ਤੋਂ ਬਾਰ ਬਾਰ ਕਹਿ ਰਹੇ ਹੋ, ਕਮੈਂਟ ਆਉਣ ਦੇ ਸਨ ਵੀਰਿਆਂ ਦੇ ਕਿ ਤੁਸੀਂ ਬਾਜਵਾ ਸਾਹਿਬ ਉਹਨਾਂ ਨੂੰ ਵੀ ਵਿਖਾਓ ਅਰਦਾਸ। ਸਾਰੇ 6 ਮਹੀਨੇ ਪਹਿਲੇ ਦੇ ਕਮੈਂਟਸ ਆ ਰਹੇ ਨੇ, ਪਰ 6-7 ਮਹੀਨੇ ਦੇ ਕਿ ਅਰਦਾਸ ਅਰਦਾਸ ਵੇਖੀ। ਮੈਂ ਨਹੀਂ ਕਹਿਣਾ ਸੀ ਅਰਦਾਸ ਵੇਖੀ ਹੈ, ਲੇਕਿਨ ਆਪਾਂ ਫਿਰ ਹੋਰ ਵੇਖੀ, ਕਿਉਂਕਿ ਅਸੀਂ ਆਲਰੇਡੀ ਵੇਖੀ ਸੀ। ਮੈਂ ਕਿਹਾ ਚਲੋ ਹੁਣ ਥੋੜਾ ਜਿਹਾ ਵਿੱਚ ਡਿਲੇ ਆ ਹੀ ਜਾਏ, ਕਿਉਂਕਿ ਜਦੋਂ ਤੁਸੀਂ ਕਹਿ ਰਹੇ ਸੀ ਨਾ ਉਹ ਤੁਸੀਂ ਤਾਜ਼ੀ ਵੇਖੀ ਸੀ। ਅੱਛਾ, ਨਾ ਮਤਲਬ ਕੁਛ ਹੀ ਹੋਏ ਸਨ, ਟਾਈਮ ਹੋਇਆ ਸੀ, ਮੈਂ ਕਿਹਾ ਹੁਣ ਥੋੜਾ ਜਿਹਾ ਵਿੱਚ ਡਿਲੇ ਆ ਜਾਏਗਾ ਨਾ, ਫਿਰ ਦੁਬਾਰਾ ਵੇਖਾਂਗੇ, ਫਿਰ ਇੱਕ ਬੜਾ ਮਜ਼ਾ ਆਇਆ, ਆਪਣਾ ਹੀ ਮਜ਼ਾ ਆਇਆ। ਲੇਕਿਨ ਇਹ ਮਜ਼ਾ ਆਇਆ ਫਿਲਮ ਵੇਖ ਕੇ, ਬੜੀ ਵਧੀਆ ਬਣ ਗਈ, ਹਰ ਚੀਜ਼ ਨੂੰ ਕਿਵੇਂ ਲੈ ਕੇ ਗਏ। ਅੱਛਾ, ਸਾਰੇ ਬੰਦੇ ਰੋਂਦੇ ਰਹੇ ਨੇ ਇਸ ਮੂਵੀ ਵਿੱਚ, ਆਪਾਂ ਸਾਰੀਆਂ ਦੇਖਾਂ 'ਚ ਪੜੀ ਆਇਆ, ਕਿਉਂਕਿ ਇਮੋਸ਼ਨਲ ਹੋਏ ਹਰ ਸੀਨ ਤੇ। ਤਕਰੀਬਨ ਕਿਹੜੇ ਸੀਨ ਤੇ? ਤਕਰੀਬਨ ਕਾਫੀ ਸੀਨ ਇਮੋਸ਼ਨਲ ਇਮੋਸ਼ਨਲ ਕਰ ਦਿੰਦੀ ਸੀ। ਆ ਲਾਸਟ ਵਿੱਚ ਜਦੋਂ ਉਹਦੀ ਬੇਬੇ ਨੇ ਉਹਨੂੰ ਕਾਲ ਕੀਤੀ, ਉਦੋਂ ਇਮੋਸ਼ਨਲ ਹੋ ਗਏ ਸਾਂ, ਫਿਰ ਕਿ ਮਾਫ ਕਰਦੇ ਜਦੋਂ ਉਹਨੇ ਮਾਫੀ ਮੰਗੀ ਆਪਣੇ ਪੁੱਤਰ ਕੋਲੋਂ, ਕਿ ਇੱਕ ਮਾਂ ਕਿਤੇ ਵੀ, ਉਹ ਇਹ ਨਹੀਂ ਕਿ ਮੂਵੀ 'ਚ, ਰੀਅਲ ਲਾਈਫ 'ਚ ਜਿਵੇਂ ਦਾ ਵੀ ਹੋਵੇ ਜਾਂ ਮਾਂ ਜਿਵੇਂ ਦੀ ਵੀ ਹੋਏਗੀ, ਉਹ ਜਦੋਂ ਪੁੱਤਰ ਕੋਲੋਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜਾਂ ਮਾਫ਼ੀ ਮੰਗੇਗੀ ਨਾ, ਤਾਂ ਜ਼ਾਹਰ ਹੈ ਇਮੋਸ਼ਨਲ ਬੰਦਾ ਹੋ ਜਾਏਗਾ ਕਿ ਯਾਰ ਨਹੀਂ ਇਹ ਮਤਲਬ ਇੱਕ ਬੰਦੇ ਨੂੰ ਆਪਣੇ ਆਪ ਆ ਜਾਂਦਾ, ਕਿਉਂਕਿ ਰੱਬ ਨੇ ਮਾਂ ਦਾ ਬੜਾ ਵੱਡਾ ਮੁਕਾਮ ਰੱਖਿਆ। ਮੇਰੇ ਖਿਆਲ 'ਚ ਮਾਂ, ਸਿਰਫ ਮਾਂ ਹੀ ਨਹੀਂ, ਕੋਈ ਵੀ ਵੱਡਾ ਜਦੋਂ ਕਿਸੇ ਛੋਟੇ ਕੋਲੋਂ ਮਾਫ਼ੀ ਮੰਗੇਗਾ ਨਾ, ਤਾਂ ਬੰਦਾ ਇਮੋਸ਼ਨਲ ਹੋ ਜਾਂਦਾ ਕਿ ਯਾਰ ਇਹ ਗੱਲ ਜਿਹੜੀ ਹੈ ਨਾ ਨਹੀਂ ਮਤਲਬ
ਬੰਦੇ ਨੂੰ ਫੀਲਿੰਗਸ ਆ ਜਾਂਦੀਆਂ ਨੇ। ਬਾਕੀ ਆਪਾਂ ਜਿਹੜਾ ਅਗਲੇ ਵੀਡੀਓ ਦੇ ਵਿੱਚ ਆਉਂਦੇ ਹਾਂ, ਹਾਂ ਵਾਪਸ ਨੈਕਸਟ ਵੇਖਦੇ ਹਾਂ ਕਿ ਆਪਣੇ ਕੋਲ ਕੀ ਹੈ ਵੇਖਣ ਨੂੰ, ਅਤੇ ਬਾਕੀ ਰੱਖੋ ਆਪਣਾ ਖਿਆਲ।